ਆਓ ਮਨ ਬਿਰਤੀਆਂ ਨੂੰ ਇਕਾਗਰ ਕਰੋ ਗੁਰੂ ਚਰਨਾਂ ਨਾਲ ਜੋੜੋ ਅਤੇ ਰਸਨਾ ਦੀ ਪਵਿੱਤਰਤਾ ਲਈ ਪੰਜ ਵਾਰੀ ਮੂਲ ਮੰਤਰ ਪੰਜ ਵਾਰੀ ਗੁਰਮੰਤਰ ਦਾ ਜਾਪ ਕਰੀਏ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਵਾਹਿਗੁਰੂ 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 ਜੀ ਕਾ ਖਾਲਸਾ ਗੁਰੂ ਪਾਤਸ਼ਾਹ ਦੀ ਕਿਰਪਾ ਦਾ ਸਦਕਾ ਰਾਤਰੀ ਦੇ ਦੀਵਾਨ ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਸਤਤ ਵਿੱਚ ਉਚਾਰਨ ਕੀਤੇ ਹੋਏ ਸਵਈਏ 12 ਨੰਬਰ ਤੀਕਰ ਅਸੀਂ ਸੰਪੂਰਨ ਕੀਤੇ ਸਨ। ਆਓ ਹੁਣ ਇਸ ਤੋਂ ਅਗਲੀ ਲੜੀ ਆਰੰਭ ਕਰਦੇ ਹਾਂ। ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ। ਇਹਦਾ ਉਚਾਰਨ ਅਸੀਂ ਅਭਰਾ ਕਰਦੇ ਹਾਂ ਪਰ ਵਾਸਤਵ ਅਭਰਾ ਜਿਵੇਂ ਐੜਾ ਹਟ ਜਾਏ ਤੇ ਕੀ ਰਹਿ ਜਾਏਗਾ ਪਰਾ, ਤੇ ਐੜਾ ਲੱਗ ਜਾਏ ਤੇ ਅਪਰਾ। ਅਪਰਾ ਸਰ ਭਰਿਆ ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ। ਤੋ ਇੱਥੇ ਭੱਟ ਸਾਹਿਬ ਕਹਿੰਦੇ ਨੇ ਜਨਕ, ਬਹੁਤੀ ਵਾਰੀ ਅਸੀਂ ਉਹ ਹੀ ਸਮਝਦੇ ਹਾਂ ਕਿ ਜਨਕ ਇੱਕ ਵਿਅਕਤੀ ਦਾ ਨਾਮ ਸੀ, ਉਹ ਇੱਕ ਰਾਜਾ ਸੀ ਤੇ ਜਨਕ ਰਾਜਾ ਕਰਕੇ ਬੜਾ ਪ੍ਰਸਿੱਧ। ਪਰ ਭੱਟ ਸਾਹਿਬਾਨ ਦੇ ਇਹਨਾਂ ਸਵਈਆਂ ਦੀ ਵਿਚਾਰ ਕਰਦਿਆਂ ਸਮਝ ਆਈ ਕਿ ਜਨਕ ਦਾ ਅਖਰੀ ਅਰਥ ਹੈ ਗਿਆਨ।
ਜਾਣ ਲੈਣਾ, ਜਿਹਨੇ ਜਾਣ ਲਿਆ। ਤੋ ਪਰ ਸਭ ਕਹਿੰਦੇ ਨੇ ਜਨਕ ਸੋਏ ਜਿਨ ਜਾਣੇ। ਗਿਆਨਵਾਨ ਉਹੀ ਹੈ, ਗਿਆਨੀ ਉਹੀ ਹੈ ਜਿਸ ਨੇ ਉਸ ਅਕਾਲ ਪੁਰਖ ਨੂੰ ਜਾਣ ਲਿਆ, ਜਿਹਨੂੰ ਸਮਝ ਆ ਗਈ। ਸਿਰਫ ਨਾਮ ਰੱਖਣ ਨਾਲ ਕੋਈ ਜਨਕ ਨਹੀਂ ਬਣਦਾ। ਤੋ ਇਹ ਪਹਿਲੀ ਪੰਕਤੀ ਦਾ ਅੱਧਾ ਹਿੱਸਾ ਧਿਆਨ ਨਾਲ ਸੁਣ। ਜਨਕ ਸੋਏ ਜਿਨ ਜਾਣਿਆ, ਔਰ ਜਿਹਦੇ ਨੰਨੇ ਨੂੰ ਸਿਆਰੀ ਹੈ, ਜਿਸ ਨੇ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਜਾਣਿਆ, ਉਹੀ ਜਨਕ ਹੈ। ਉਹਨੇ ਫਿਰ ਕੀ ਕੀਤਾ? ਉਨ ਮਨ ਰੱਥ ਧਰਿਆ। ਰੱਥ ਇੱਕ ਸਵਾਰੀ ਦਾ ਸਾਧਨ ਹੈ। ਉਸਨੇ ਆਪਣੇ ਮਨ ਨੂੰ ਉਸ ਉਨ ਮਨ ਅਵਸਥਾ ਵਿੱਚ ਧਰਿਆ। ਉਹਨੇ ਮੇਰੇ ਐਸੇ ਰੱਥ ਦੀ ਸਵਾਰੀ ਕੀਤੀ ਹੈ, ਕਿਉਂਕਿ ਉਹਨੇ ਜਾਣ ਲਿਆ। ਦੇਖੋ, ਜਦੋਂ ਤੀਕਰ ਮੈਂ ਤੁਸੀਂ ਜਾਣਦੇ ਨਹੀਂ, ਅਸੀਂ ਕਹਿੰਦੇ ਸਾਨੂੰ ਪਤਾ ਨਹੀਂ, ਅਸੀਂ ਅਣਜਾਣ। ਜਦੋਂ ਜਾਣ ਲਿਆ ਤੇ ਫਿਰ ਉਹਨਾਂ ਨੇ ਆਪਣੇ ਮਨ ਨੂੰ ਉਸ ਉੱਚੀ ਅਵਸਥਾ ਤੇ ਟਿਕਾ ਲਿਆ। ਸਤ ਸੰਤੋਖ ਸਮਾਚਰੇ, ਇਹ ਸਮਾਚਰੇ ਅੱਖਰ ਅੱਗੇ ਵੀ ਆਇਆ, ਜਿਹਦਾ ਮਤਲਬ ਉਹਨਾਂ ਨੇ ਆਪਣੇ ਜੀਵਨ ਨੂੰ ਸਤ ਤੇ ਸੰਤੋਖ ਵਰਗੇ ਗੁਣਾਂ ਨਾਲ ਢਾਲ ਲਿਆ, ਕੱਢ ਲਿਆ, ਬਣਾ ਲਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਵੀ ਬਚਨ ਹੈ, ਸੱਚੋਂ ਓਰੇ ਸਭ ਕੋ, ਸੱਚ ਤੋਂ ਸਭ ਕੁਝ ਥੱਲੇ ਹੈ, ਪਰ ਨਾਲ ਹੀ ਆਖਿਆ ਉੱਪਰ ਸੱਚ ਆਚਾਰ। ਜਿਹੜਾ ਸੱਚ ਦਾ ਆਚਾਰ ਪੈਦਾ ਕਰਨਾ, ਇਹ ਉਹਦੇ ਤੋਂ ਵੀ ਉੱਚਾ। ਗਿਆਨ ਦੀਆਂ ਗੱਲਾਂ ਕਰਨੀਆਂ, ਗਿਆਨ ਦੀਆਂ ਗੱਲਾਂ ਸੁਣਨੀਆਂ ਬੜੀ ਵਧੀਆ ਗੱਲ ਹੈ, ਪਰ ਗਿਆਨਵਾਨ ਹੋ ਜਾਣਾ ਤਥਾ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਢਾਲ ਲੈਣਾ, ਇਹ ਜਿਹੜੇ ਸੱਤ ਸੰਤੋਖ ਨੇ, ਇਹ ਉਹਨਾਂ ਦੈਵੀ ਗੁਣਾਂ ਦੇ ਜਨਮਦਾਤਾ ਨੇ। ਰੋਜ਼ ਤੁਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹੋ, ਸੇਵ ਕੀਤੀ ਸੰਤੋਖ, ਜਿਨੀ ਸੱਚੋ ਸੱਚ ਧਿਆਇਆ, ਫਿਰ ਉਹਦੀ ਪਛਾਣ ਕੀ ਹੈ? ਓਨੀ ਮੰਦੇ ਪੈਰ ਨਾ ਰੱਖੇ, ਉਹ ਫਿਰ ਗਲਤ ਪਾਸੇ ਨਹੀਂ ਤੁਰ। ਉਹਨਾਂ ਨੇ ਸੱਚ ਨੂੰ ਧਿਆਇਆ ਹੈ ਤੇ ਉਹਨੇ ਮੰਦੇ ਪੈਰ ਨਾ ਰੱਖੇ, ਕਰ ਸੁਕ੍ਰਿਤ ਧਰਮ ਕਮਾਏ, ਉਹਨੀ ਦੁਨੀਆ ਤੋੜੇ ਬੰਧਨ, ਅੰਨ ਪਾਣੀ ਥੋੜਾ ਖਾਏ। ਉਹਨਾਂ ਨੇ ਵਰਤ ਨਹੀਂ ਰੱਖੇ, ਭੁੱਖੇ ਨਹੀਂ ਰਹੇ, ਪਰ ਸੰਜਮ ਕੀਤਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਹਾਂ ਤਿਸ ਕੋਲ ਕਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਅੱਜ ਅਸੀਂ ਗਵਾਉਣ ਵਾਲੇ ਪਾਸੇ ਤੁਰੇ ਹੋਏ ਹਾਂ, ਖਿਮਾ ਕਰ। ਅੱਜ ਜੋ ਕੁਝ ਵਿਆਹ ਸ਼ਾਦੀਆਂ ਵਿੱਚ ਹੋ ਰਿਹਾ, ਇੰਨੀ ਵੇਸਟੇਜ, ਆਪਣੇ ਹੱਥ ਨਾਲ ਕਿਸੇ ਲੋੜਵੰਦ ਨੂੰ ਦੇਣ ਲਈ ਤਿਆਰ ਨਹੀਂ, ਪਰ ਉੱਥੇ ਅਸੀਂ ਅੱਖਾਂ ਮੀਚ ਲੈਂਦੇ। ਇੰਨੇ ਪਦਾਰਥ ਬਣਦੇ ਨੇ, ਕੋਈ ਖਾਂਦਾ? ਗੁਆਏ ਜਾ ਰਹੇ। ਪਰ ਜਿਹਨੂੰ ਸਮਝ ਆ ਗਈ, ਅੰਨ ਪਾਣੀ ਥੋੜਾ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚੜ੍ਹੇ ਸੋਏ। ਤੋ ਭੱਟ ਸਾਹਿਬ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ, ਉਨ ਮਨ ਰੱਥ ਧਰਿਆ, ਸਤ ਸੰਤੋਖ ਸਮਾਚਰੇ। ਉਸਨੇ ਆਪਣੇ ਜੀਵਨ ਨੂੰ ਢਾਲ ਲਿਆ ਸਤ ਸੰਤੋਖ ਦੇ ਨਾਲ।
ਪਹਿਲਾਂ ਆਪ ਸੰਤੋਖੀ ਹੋਇਆ ਤੇ ਫਿਰ ਉਹਦੇ ਵਿੱਚੋਂ ਕਿਸੇ ਲੋੜਵੰਦ ਨੂੰ ਵੀ ਦਿੱਤਾ, ਕਿਉਂਕਿ ਇਸ ਤੋਂ ਬਿਨਾਂ ਜੀਵਨ ਬਣਦਾ ਨਹੀਂ। ਸੰਤੋਖੀ ਹੋਏ ਤੋਂ ਬਿਨਾਂ ਕੋਈ ਕਿਸੇ ਲੋੜਵੰਦ ਨੂੰ ਦੇ ਨਹੀਂ ਸਕਦਾ। ਜੇ ਕਹੋ ਕਹਿੰਦਾ ਮੇਰਾ ਆਪਣਾ ਹੀ ਨਹੀਂ ਸਰਦਾ, ਮੈਂ ਕਿਤੋਂ ਦੇਵਾਂ। ਪਰ ਜਿਹੜਾ ਸੰਤੋਖੀ ਹੋ ਜਾਂਦਾ ਉਹ ਕਹਿੰਦਾ ਕੋਈ ਗੱਲ ਨਹੀਂ, ਜੇ ਮੇਰੇ ਕੋਲ ਦੋ ਰੋਟੀਆਂ ਹਨ ਤਾਂ ਮੈਂ ਇੱਕ ਨਾ ਗੁਜ਼ਾਰਾ ਕਰ ਲਾ, ਜਿਹਨੂੰ ਇੱਕ ਵੀ ਨਹੀਂ ਮਿਲਦੀ ਉਹਨੂੰ ਦੇ ਦੇ। ਤੋ ਇਸ ਤਰ੍ਹਾਂ ਉਹ ਆਪਣੇ ਜੀਵਨ ਨੂੰ ਢਾਲ ਲੈਂਦਾ, ਆਪਣੀਆਂ ਲੋੜਾਂ ਘਟਾ ਲੈਂਦਾ। ਫਿਰ ਉਹ ਦੂਜਿਆਂ ਦੇ ਖਾਲੀ ਹਿਰਦਿਆਂ ਨੂੰ ਭਰਨ ਦੇ ਯੋਗ ਬਣ ਜਾਂਦਾ। ਅਭਰਾ ਸਰ ਭਰਿਆ, ਸਰ ਦਾ ਮਤਲਬ ਹੈ ਸਰੋਵਰ, ਸਰ ਦਾ ਮਤਲਬ ਹੈ ਹਿਰਦਾ, ਤਲਾਬ। ਹਿਰਦਾ ਰੂਪੀ ਤਲਾਬ ਜਿਹੜਾ ਭਰਿਆ ਨਹੀਂ ਜਾਂਦਾ, ਕੋਈ ਆਖੇ ਨਾ ਇਹਨਾਂ ਪਦਾਰਥਾਂ ਦੇ ਨਾਲ ਕੋਈ ਰੱਜ ਜਾਏ, ਸਵਾਲ ਹੀ ਨਹੀਂ ਪੈਦਾ ਹੁੰਦਾ। ਤ੍ਰਿਸ਼ਨਾ ਬਿਰਲੇ ਹੀ ਕੀ ਬੁੱਝੀ, ਕੋਟ ਜੋਰੇ ਲਾਖ ਕਰੋਰੇ, ਮਾਨਾ ਹੋਰੇ ਪਰੇ ਪਰੇ ਹੀ ਕੁੱਲ ਚ। ਅੰਤ ਹੀ ਕੋਈ ਨਹੀਂ, ਰਜਦਾ ਹੀ ਨਹੀਂ। ਇੱਕ ਅੱਖਰ ਨੂੰ ਐਵੇਂ ਸਵਈਆ ਨਾ ਸਮਝ ਕੇ ਵੀ ਸਵਈਆ, ਨਹੀਂ ਨਹੀਂ, ਬੜਾ ਕੁਛ ਹੈ ਇਹਦੇ ਚ। ਜਨਕ ਸੋਏ ਜਿਨ ਜਾਣਿਆ, ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ, ਅਭਰਾ ਸਰ ਭਰੇ। ਅਕਥ ਕਥਾ ਅਮਰਾਪੁਰੀ, ਇਸੇ ਲਈ ਭਗਤ ਕਬੀਰ ਜੀ ਕਹਿੰਦੇ ਪਿਆਰਿਓ, ਜਿਸ ਵਾਹਿਗੁਰੂ ਨੂੰ ਤੁਸੀਂ ਕੰਮ ਪੈਣ ਤੇ ਯਾਦ ਕਰਦੇ ਕਰਦੇ ਹੋ ਤੁਸੀਂ ਪਤਾ, ਪਰ ਕਦੋਂ ਕਰਦੇ ਹੋ? ਜਦੋਂ ਕੰਮ ਪੈਂਦਾ। ਚਲੋ ਜੀ ਅਰਦਾਸ ਕਰੀਏ, ਚਲੋ ਜੀ ਆਹ ਕਰੀਏ, ਕਿਉਂਕਿ ਹੁਣ ਲੋੜ ਹੈ। ਕਬੀਰ ਕਾਮ ਪਰੇ ਹਰ ਸਿਮਰੀ ਹੈ, ਐਸਾ ਸਿਮਰੋ ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰੇ ਬਿੱਤ। ਅਸੀਂ ਬਾਣੀ ਤੋਂ ਲਾਹਾ ਨਹੀਂ ਲਿਆ, ਖਿਮਾ ਕਰਨਾ, ਤੁਹਾਡੇ ਸਮੇਤ ਮੈਂ ਵੀ ਵਿੱਚ ਹੀ ਹਾਂ। ਜੇ ਲਾਹਾ ਲੈ ਲਈਏ ਤੇ ਫਿਰ ਸਾਨੂੰ ਇਹ ਸਾਰਥਕ ਨਜ਼ਰ ਆਏਗਾ, ਬਾਣੀ ਗੁਰੂ, ਗੁਰੂ ਹੈ ਬਾਣੀ। ਅਮਰਾਪੁਰ ਵਾਸਾ ਕਰੋ, ਅਮਰਾਪੁਰ ਉਹ ਹੈ ਜਿੱਥੋਂ ਫਿਰ ਮਰਨਾ ਨਹੀਂ ਪੈਂਦਾ, ਜਿੱਥੇ ਸਦਾ ਫਿਰ ਟਿਕਾਓ ਹੀ ਰਹਿੰਦਾ। ਭਗਤ ਜੀ ਕਹਿੰਦੇ ਨੇ ਜਿਸ ਨੂੰ ਕੰਮ ਪੈਣ ਤੇ ਯਾਦ ਕਰਦੇ ਉਹਨੂੰ ਨਿੱਤ ਯਾਦ ਕਰੋ। ਇਹ ਤੇ ਤੁਹਾਨੂੰ ਨਿਸ਼ਚਾ ਹੈ ਕਿ ਜਦੋਂ ਯਾਦ ਕਰਾਂਗੇ, ਜਦੋਂ ਅਰਦਾਸ ਕਰਾਂਗੇ, ਉਹ ਸਾਡਾ ਕੰਮ ਸਵਾਰੇਗਾ, ਅਰਦਾਸ ਸਾਡੀ ਸੁਣੇਗਾ। ਫਿਰ ਰੋਜ਼ ਕਰੋ, ਅਮਰਾਪੁਰ ਵਾਸਾ ਕਰੋ, ਹਰ ਗਿਆ ਬਹੋਰੈ ਬਿੱਤ। ਹਰੀ ਗਿਆ, ਗੁਆਚਾ ਹੋਇਆ ਜਿਹੜਾ ਧਨ ਹੈ ਨਾ, ਵਾਪਸ ਕਰਦਾ। ਇਹ ਬੜੀਆਂ ਡੂੰਘੀਆਂ ਗੱਲਾਂ। ਤੁਸੀਂ ਆਖੋਗੇ ਸਾਡਾ ਧਨ ਤੇ ਕੋਈ ਗੁਆਚਾ ਨਹੀਂ ਹੈ, ਕਿਉਂਕਿ ਅਸੀਂ ਧਨ ਸਿਰਫ ਪੈਸੇ ਧੇਲੇ ਨੂੰ ਸਮਝਦੇ। ਨਹੀਂ, ਜਿਹੜੇ ਦੈਵੀ ਗੁਣ ਗੁਆਚ ਗਏ ਨੇ ਨਾ, ਉਹ ਵਾਪਸ ਆ ਜਾਣਗੇ। ਦੈਵੀ ਗੁਣ ਕਿਹੜੇ ਸਨ? ਜਦੋਂ ਅਸੀਂ ਛੋਟੇ ਸੀ, ਬੱਚੇ ਸੀ, ਤੇ ਅੱਜ ਵੀ ਕਿਹਾ ਜਾਂਦਾ ਬੱਚੇ ਮਨ ਦੇ ਸੱਚੇ, ਬੱਚੇ ਰੱਬ ਦਾ ਰੂਪ ਹਨ। ਕਿਉਂ? ਉਹਨਾਂ ਵਿੱਚ ਰੱਬ ਵਰਗੇ ਗੁਣ ਹਨ, ਉਹ ਰੱਬ ਦੇ ਨੇੜੇ ਹਨ, ਉਹ ਕਿਸੇ ਨਾਲ ਛਲ ਕਪਟ ਵੈਰ ਵਗੈਰਾ ਨਹੀਂ ਰੱਖਦੇ। ਜੋ ਅਕਾਲ ਪੁਰਖ ਵਿੱਚ ਗੁਣ ਨੇ ਉਹ ਸਾਰੇ ਬੱਚਿਆਂ 'ਚ ਗੁਣ ਨੇ, ਪਰ ਹੌਲੀ ਹੌਲੀ ਜੋ ਜੋ ਵੱਡੇ ਹੁੰਦੇ ਗਏ ਸਾਰੇ ਗੁਣ ਗੁਆਚ ਗਏ। ਹੁਣ ਅਸੀਂ ਸਿਖਾ ਦਿੱਤਾ ਬੱਚਿਆਂ ਨੂੰ, ਇਹਨਾਂ ਨਾਲ ਨਹੀਂ ਬੋਲਣਾ, ਇਹਨਾਂ ਦੇ ਘਰ ਨਹੀਂ ਜਾਣਾ, ਇਹ ਸਾਡੇ ਫਲਾਣੇ ਨੇ ਗੁਆਚ ਗਏ। ਹੌਲੀ ਹੌਲੀ ਅਸੀਂ ਔਗਣਾਂ ਨਾਲ ਭਰ ਗਏ ਤੇ ਗੁਣ ਗੁਆਚ।
ਪਰ ਜੇ ਵਾਹਿਗੁਰੂ ਦਾ ਸਿਮਰਨ ਰੋਜ਼ ਕਰਾਂਗੇ ਤੇ ਅਮਰਾ ਪੁਰਬਾਸਾ ਕਰੋ ਹਰ ਗਿਆ ਬਹੋਰੈ ਬਿਤ। ਬਿਤ ਕਹਿੰਦੇ ਨੇ ਦੌਲਤ ਨੂੰ, ਉਹ ਜਿਹੜਾ ਸਾਡਾ ਗੁਆਚਾ ਹੋਇਆ ਧਨ ਹੈ ਨਾ ਉਹ ਵਾਪਸ ਆ ਜਾਏ। ਤੋ ਇੱਕ ਸਵਈਏ ਵਿੱਚ ਹੀ ਕਿੰਨਾ ਗਿਆਨ ਹੈ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ। ਅਕਥ ਕਥਾ ਅਮਰਾਪੁਰੀ, ਇਹ ਕਥਾ ਕਥੀ ਨਹੀਂ ਜਾ ਸਕਦੀ, ਇਸ ਲਈ ਇਹਨੂੰ ਅਕਥ ਕਥਾ ਕਿਹਾ। ਅਮਰਾਪੁਰੀ ਉਹ ਪੁਰੀ ਜਿੱਥੇ ਪਹੁੰਚ ਕੇ ਫਿਰ ਕਦੇ ਮੌਤ ਨਾ ਹੋਵੇ। ਇਹ ਮੌਤ ਸਰੀਰਕ ਮੌਤ ਨਹੀਂ ਹੈ, ਇਹ ਆਤਮਕ ਮੌਤ। ਜ਼ਮੀਰ ਕਰਕੇ ਤੇ ਲੋਕ ਦਿਨ ਚ ਕਈ ਵਾਰੀ ਮਰ ਜਾਂਦੇ ਨੇ, ਸੌ ਗੁਰੂ ਦੀ ਸੌ ਵਾਹਿਗੁਰੂ ਦੀ ਕਰੀ ਜਾਂਦੇ, ਕਈ ਵਾਰੀ ਝੂਠ ਬੋਲਦੇ ਨੇ, ਕਈ ਵਾਰੀ ਮਰਦੇ, ਕਈ ਵਾਰੀ ਫਿਰ ਆਉਂਦੇ ਨੇ ਅੱਗੋਂ ਤੋਂ ਨਹੀਂ ਬੋਲਾਂਗੇ ਫਿਰ ਬੋਲਦੇ। ਅਮਰਾਪੁਰੀ ਉਹ ਹੈ ਜਿੱਥੇ ਇੱਕ ਵਾਰੀ ਫਿਰ ਟਿਕ ਜਾਂਦੇ, ਪਰ ਇਹ ਮਿਲਦੀ ਕਿਹਨਾਂ ਨੂੰ ਹੈ, ਜਿਸ ਦੇ ਸੋਪਾ ਸੱਚੇ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤੋਂ ਤੇਰੇ ਸਭ ਕੁਛ, ਜਿਸ ਦੇ ਸੋਪਾ ਜਿਹਨੂੰ ਤੂੰ ਕਿਰਪਾ ਕਰਕੇ ਦੇ ਦੇਵੇਂ ਉਹੀ ਦਾ ਵਾਰਸ। ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਾ। ਪਟ ਸਭ ਕਹਿੰਦੇ ਨੇ ਹੇ ਗੁਰੂ ਰਾਮਦਾਸ, ਇਹ ਜਿਹੜਾ ਗਿਆਨ ਦਾ ਰਾਜ ਹੈ, ਇਹ ਜਿਹੜਾ ਤੁਸੀਂ ਆਪ ਪ੍ਰਾਪਤ ਕੀਤਾ ਤੇ ਸੰਸਾਰ ਨੂੰ ਵੰਡ ਰਹੇ ਹੋ, ਇਹ ਤੁਹਾਨੂੰ ਹੀ ਸੋਭਦਾ, ਤੁਹਾਨੂੰ ਹੀ ਢੁਕਦਾ ਹੈ, ਤੁਹਾਡੇ ਕੋਲ ਹੀ ਸੋਭਦਾ, ਸਾਡੇ ਵਾਸਤੇ ਗੱਲ ਨਹੀਂ। ਇਹਦਾ ਮਤਲਬ ਇਹ ਨਹੀਂ ਜੇ ਅਸੀਂ ਗੁਰੂ ਰਾਮਦਾਸ ਜੀ ਦੇ ਪਾਏ ਪੂਰਨਿਆਂ ਤੇ ਚੱਲ ਪਈਏ। ਇਸੇ ਲਈ ਉਹ ਬੜੇ ਪਿਆਰ ਵਿੱਚ ਆ ਕੇ ਕਹਿੰਦੇ ਪਿਆਰਿਓ ਚਤੁਰ ਨਾ ਬਣੋ, ਚਲਾਕ ਨਾ ਬਣੋ ਤੇ ਇਹ ਮਨ ਬਣਾਓ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹਿ ਸੋਈ ਭਲ ਮਾਨੋ, ਜੋ ਗੁਰ ਕਹਿ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ, ਹਰ ਹਰ ਕਥਾ ਨਿਰਾਲੀ, ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗਲਤ ਬਿਆਨੀ ਨਹੀਂ ਕਰਦਾ, ਕਿਉਂਕਿ ਮੈਨੂੰ ਉਹ ਦਿਨ ਜਦੋਂ ਮੈਂ ਪਹਿਲੀ ਵਾਰੀ ਹਰਗੋਬਿੰਦ ਕਲੇਵ ਆਇਆ ਸੀ, ਕੁਝ ਇਸ ਤਰ੍ਹਾਂ ਦਾ ਟਿਕਾਓ ਇਸ ਤਰ੍ਹਾਂ ਦੀ ਮੈਨੂੰ ਮਹਿਸੂਸ ਹੋਇਆ, ਔਰ ਉਦੋਂ ਬਾਅਦ ਗੁਰੂ ਨੇ ਮੈਨੂੰ ਜੋੜ ਲਿਆ। ਮੈਨੂੰ ਨਹੀਂ ਪਤਾ ਮੈਂ ਕਿਹੜੇ ਸਨ ਕਿਹੜੇ ਸਮਝ, ਮੈਂ ਇਸ ਪਾਸੇ ਨਹੀਂ ਧਿਆਨ ਦਿਆ, ਪਰ ਇੱਥੇ ਕੁਝ ਹੈ, ਜੁੜਿਆ ਕਰੋ ਜੁੜਿਆ ਕਰੋ, ਨੇਤਾ ਪ੍ਰਤੀ ਜੁੜਿਆ ਕਰੋ, ਵੱਧ ਤੋਂ ਵੱਧ ਜੁੜਿਆ ਕਰੋ ਤੇ ਜੁੜਨ ਦੇ ਨਾਲ ਫਿਰ ਇਹ ਜਨਕ ਰਾਜ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋ ਸਕਦਾ। ਸਵਈਆ ਤੇ ਛੋਟਾ ਜਿਹਾ ਪਰ ਅਰਥ ਬਹੁਤ ਵੱਡੇ ਨੇ। ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾ ਸਰ ਭਰਿਆ। ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ, ਇਹ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣਾ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀਉ, ਤਾਰਨ ਤਰਨ ਖਿਨ ਮਾਤਰ, ਜਾ ਕੋ ਦ੍ਰਿਸ਼ਟ ਧਾਰੈ ਸ਼ਬਦ ਰਿਦ ਵਿਚਾਰੈ, ਕਾਮ ਕ੍ਰੋਧ ਖੋਵੈ ਜੀਉ, ਜੀਅਨ ਸਭਨ ਦਾਤਾ
अगम ज्ञान विख्याता एनिस ध्यान तावे पलक न सोवे जियो जाको देखत दरिद्र जावे नाम सो निधान पावे गुरमुख ज्ञान दुर्मत मैल धोवे जियो सतगुरु नाम एक लिव मन जपे दृढ़ तिन जन दुख पाप कहो कत होवे जियो। क्योंकि पिछला जिहड़ा सवैया दा जोड़ सी ओ पट कल सहार जी दे उचारण कीते हुए 13 सवैये संपूर्ण हो गए। हुण अगे सवैये भी बदले हन, पट साहिबान भी बदले, लै भी बदली। पट साहब कहिंदे ने सतगुर नाम। हुण सतगुर दा नाम की है? जो सतगुर दा उपदेश है, जो सतगुरु सानूं कहिंदे ने आ करिया करो। सतगुर नाम एक लिव मन जपे दृढ़। बस आ कठिनाई है साडे वास्ते, एक लिव। एक लिव होना बड़ा मुश्किल है। बैठे गुरु घर विच जां लिव किते होर चली जा। मन जपे दृढ़ पक्के तौर ते, दृढ़ हो के मन द्वारा जपना। फिर बात पट सब ने तीन जन दुख पाप कहो कत हो गए। इन कहो नहीं, कहो दसो उन्हों कि हो सकता, उन्हों नहीं दुख हो सकता। कलगियां वाले पातशाह भी फरमाते हैं एक चित जे एक छिन त्यायो काल फास के। इहदा मतलब कसर साडे विच है, असीं इक चित हुंदे ही नहीं। भाई साहब नूं कई वारी कहना पैंदा है फोन अपने बंद करके आया करो। जे साडा सचमुच मन होवे कि असीं इक चित होके बहिणा ते फिर पहले ही बंद कर लिया करना। असीं इक चित होना ही नहीं चाहते, नाल ही अपनी प्रॉब्लम लै के खड़केगा भाई उठ के जावांगे, दूजिआं नूं वी नाल खेड़ांगे। मतलब जो मन बना लिया भी असं इन्ना समा गुरु घर च बहना बंद कर दो तो खैर गल बड़ी सूक्ष्म है। जे ध्यान ना पढ़िए तो समझ आ जाती। सतगुर नाम एक लिब मन जपे दृढ़ तीन जन दुख पाप कौ कत होवे। तारण तरन तारण तरन जिहड़ा तारण दे समर्थ जहाज रूपी है। असीं रोज पढ़ने ना वाहिगुरु नाम चढ़े सो उतरे जो शरदा कर सेवदे। हुण जहाज विच ते कोई कमी नहीं, जहाज ते जहाज ही, पर जो शरदा कर सेवदे। कुछ अखर साडे रूटीन बन गए ना, अहीं बोली जाने पता नहीं की बोली। मैं कई बार जदों अरदास शुरू होंदी है ते असीं पढ़दे हां तू ठाकुर, बहुते पढ़दे तुम ठाकुर, तो तू कुछ होर ही कही जांदे, तू ठाकुर तुम पै पै नूं पै कही जांदे, तुम पै अरदास। ध्यान ही नहीं विच वी असीं पढ़ की रहे। हुण तुम पै ते तुम पै विच किन्ना फर्क है? ਪੈ ਦਾ ਮਤਲਬ ਤੁਹਾਡੇ ਅੱਗੇ ਅਰਦਾਸ ਹੈ, ਤੇ ਜਦੋਂ ਉਹਨੂੰ ਪੜਾਂਗੇ ਤੁਮ ਪੈ ਅਰਦਾਸ, ਤੁਸੀਂ ਅਰਦਾਸ ਹੋ ਗਏ ਹੋ। ਜੀਓ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਸੁਖ। ਮਤਲਬ ਜੋ ਵੀ ਅਸੀਂ ਪੜ੍ਹਦੇ, ਫਿਰ ਅਖੀਰਲੀ ਪੰਕਤੀ ਪੜ੍ਹਦੇ, ਤੁਮਰੀ ਗਤ ਤੁਮਰੀ ਜਾਨੀ,
ਜਿਉਂ ਨੂੰ ਸਮਝ ਰਹੀ ਤੁਮਰੀ ਗਤਮਿਤ ਤੁਮ ਹੀ ਜਾਣੀ। ਤੋ ਇਸੇ ਤਰ੍ਹਾਂ ਸਾਡੇ ਪੜ੍ਹਨ ਵਿੱਚ ਧਿਆਨ ਵਿੱਚ ਕਮੀ ਹੈ ਅਤੇ ਭੱਟ ਸਾਹਿਬ ਕਹਿੰਦੇ ਨੇ ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀ। ਤਾਰਨ ਤਰਨ ਉਹ ਵਾਹਿਗੁਰੂ ਜਿਹੜਾ ਜਹਾਜ਼ ਰੂਪੀ ਹੈ, ਖਿਨ ਮਾਤਰ ਜਾ ਕੋ ਦੁਸ਼ਟ ਧਾਰੈ, ਖਿਨ ਬਾਰ ਬਾਰ ਆਇਆ, ਨਿਮਖ ਖਿਨ ਪਲਕ ਅੱਖ ਫਰਕਣ ਦੇ ਸਮੇਂ, ਖਿਨ ਮਾਤਰ ਘੱਟ ਤੋਂ ਘੱਟ ਸਮਾਂ, ਜਾ ਕੋ ਦ੍ਰਿਸ਼ਟ ਧਾਰੈ ਜਿਹਦੇ ਉੱਤੇ ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰ ਦੇਵੇ, ਫਿਰ ਉਹ ਕੀ ਕਰਦਾ? ਸ਼ਬਦ ਰਿਤ ਵਿਚਾਰ ਹੈ। ਅੱਜ ਅਸੀਂ ਇਸ ਦੌੜ ਚ ਲੱਗੇ, ਅਸੀਂ ਜੀ ਇੰਨੇ ਸੁਖਮਨ ਸਾਹਿਬ ਦੇ ਪਾਠ ਕਰਦੇ, ਉਹੋ ਜਿਹੇ ਠੇਕੇਦਾਰ ਵੀ ਆ ਗਏ, ਲਖ ਵੰਡੋ ਜੀ ਪਾਠ ਵੰਡੋ, ਖਿਮਾ ਕਰ। ਮੈਂ ਕਿਸੇ ਦਾ ਵਿਰੋਧੀ ਨਹੀਂ, ਨਾ ਕਿਸੇ ਦਾ ਉਪਾਸ਼ਕ, ਪਰ ਮੈਨੂੰ ਲੜਦਾ ਵੀ ਨਹੀਂ ਕਿਸੇ ਨਾਲ, ਪਰ ਮੈਂ ਸਮਝਣਾ ਵੀ ਇਹ ਗਲਤ ਹੋ ਰਿਹਾ। ਵੰਡੋ ਫਿਰ ਲਿਖਾਓ ਸਾਨੂੰ ਆ ਕੇ, ਫਿਰ ਅਸੀਂ ਤੁਹਾਡੀ ਅਰਦਾਸ ਕਰਾਂ। ਕਿਉਂ ਬਈ, ਜੇ ਮੈਂ ਪਾਠ ਕਰ ਸਕਦਾ ਫਿਰ ਮੈਂ ਆਪਣੀ ਅਰਦਾਸ ਨਹੀਂ ਕਰਦਾ? ਇਹ ਪਤਾ ਨਹੀਂ ਕਿੱਥੋਂ ਕਿਵੇਂ ਕਿਹੜਾ ਕਿਹੜਾ ਅਸੀਂ ਉੱਧਰ ਹੀ ਤੁਰ ਪੈਂਦੇ। ਆਪ ਸ਼ਬਦ ਦੀ ਵਿਚਾਰ ਕਰ ਅਤੇ ਗਰੰਟੀ ਦੇ ਰਹਿਣ ਭੱਟ ਸਾਹਿਬ, ਜਿਹੜਾ ਫਿਰ ਸ਼ਬਦ ਵਿਚਾਰ ਕਰੇਗਾ, ਕਾਮ ਕ੍ਰੋਧ ਖੋਵੈ ਜੀਓ, ਉਹਨੂੰ ਸਮਝ ਆ ਜਾਏਗਾ ਕਿਹੜੇ ਕੰਮ ਦੀ ਮੈਨੂੰ ਕਿੰਨੀ ਲੋੜ ਹੈ, ਕਦੋਂ ਲੋੜ ਹੈ, ਕਿੱਥੇ ਲੋੜ ਹੈ, ਉੱਥੇ ਵਰਤੋਂ। ਉਹ ਫਿਰ ਆਪਣੇ ਅੰਦਰੋਂ ਇਹਨਾਂ ਨੂੰ ਵਸੀਕਰਨ ਕਰ ਲਏਗਾ। ਖੋਵੇ ਦਾ ਮਤਲਬ ਇਹਨਾਂ ਨੂੰ ਵਸੀਕਰਨ ਕਰ, ਇਹਨਾਂ ਦੇ ਪ੍ਰਭਾਵ ਥੱਲੇ ਨਹੀਂ ਰਹੇਗਾ। ਫਿਰ ਹੁੰਦੇ ਜੀਵਨ ਸਵਨ ਦਾਤਾ, ਅਗਮ ਗਿਆਨ ਵਿਖਿਆਤਾ, ਐਨ ਸਧਿਆਨ ਧਾਵੈ, ਪਲਕ ਨ ਸੋਵੈ ਜੀਓ। ਉਹ ਅਕਾਲ ਪੁਰਖ ਜੋ ਜੀਵਨ ਸਵਨ ਦਾਤਾ, ਸਾਰੇ ਜੀਆਂ ਦਾ ਦਾਤਾ, ਅਗਮ ਗਿਆਨ ਵਿਖਿਆਤਾ, ਅਗਮ ਦਾ ਮਤਲਬ ਜੋ ਗਮਤਾ ਤੋਂ ਰਹਿਤ ਹੈ, ਜਿਸ ਤਾਈਂ ਇਹਨਾਂ ਇੰਦਰੀਆਂ ਨਾਲ ਪਹੁੰਚ ਨਹੀਂ ਹੋ ਸਕਦੀ। ਇਹ ਜਿਹੜੇ ਗਿਆਨ ਇੰਦਰੀ ਕਰਮ ਇੰਦਰੀ ਨੇ ਉੱਥੇ ਤੱਕ ਨਹੀਂ ਪਹੁੰਚੋ, ਪਰ ਗੁਰੂ ਰਾਮਦਾਸ ਜੀ ਉਸ ਅਗਮ ਗਿਆਨ ਦੇ ਵਿਖਿਆਤਾ, ਉਹਨੂੰ ਪ੍ਰਗਟ ਕਰ ਦਿੰਦੇ। ਜਿਹਨੂੰ ਨਹੀਂ ਸਮਝ ਆਉਂਦੇ ਉਹਨੂੰ ਵੀ ਸਮਝਾ ਦਿੰਦੇ, ਉਹਦੇ ਸਾਹਮਣੇ ਵੀ ਉਜਾਗਰ ਕਰ ਦਿੰਦੇ ਨੇ। ਹੁਣ ਦੇਖੋ ਨਾ, ਜਿਹੜਾ ਕੋਈ ਬੰਦਾ ਇਹ ਕਹੇ, ਦੱਸੋ ਜੀ ਰੱਬ ਕਿੱਥੇ, ਉਹਨੂੰ ਕਹੋ ਵੀ ਤੂੰ ਬੋਲਦਾ, ਤੇਰੇ ਅੰਦਰ ਕੌਣ ਬੋਲਦਾ? ਜਦੋਂ ਤੇਰੇ ਅੰਦਰੋਂ ਆਪਣੀ ਜੋਤ ਖਿੱਚ ਲਏਗਾ ਫੇਰ ਬੋਲ ਕੇ ਵਿਖਾ। ਏਦੂ ਵੱਡਾ ਹੋਰ ਗਿਆਨ ਕਿਹੜਾ? ਜੇ ਉਹ ਹੈ ਤੇ ਮੈਂ ਬੋਲ ਰਿਹਾ, ਜੇ ਨਹੀਂ ਹੋਵੇ ਛੁੱਟੀ ਹੈ। ਤਾਂ ਗੁਰੂ ਰਾਮਦਾਸ ਜੀ ਉਸ ਅਗਮ ਗਿਆਨ ਦੇ ਵਿਖਿਆਤਾ ਹਨ, ਪ੍ਰਗਟ ਕਰ ਦਿੱਤਾ। ਐਨ ਸਧਿਆਨ ਧਾਵੈ, ਇਹ ਨਿਸ, ਇਹ ਕਹਿੰਦੇ ਦਿਨ ਨੂੰ, ਨਿਸ ਕਹਿੰਦੇ ਰਾਤ ਨੂੰ, ਅਤੇ ਜਿਹੜਾ ਫਿਰ ਦਿਨੇ ਰਾਤੀ ਉਸ ਦਾ ਧਿਆਨ ਧਾਵੈ ਲਾਵੇਗਾ, ਪਲਕ ਨ ਸੋਵੈ ਜੀਓ, ਥੋੜ੍ਹੇ ਸਮੇਂ ਲਈ ਵੀ ਉਹ ਕਦੇ ਸਮੇਗਾ ਨਹੀਂ। ਸਮੇਂ ਦਾ ਮਤਲਬ ਟੁੱਟੇਗਾ ਨਹੀਂ, ਵਿਛੜੇਗਾ ਨਹੀਂ, ਕਿਉਂਕਿ ਸੌਣ ਅਤੇ ਜਾਗਣ ਵਿੱਚ ਵੀ ਫਰਕ ਹੈ। ਅਸੀਂ ਕਈ ਵਾਰੀ ਜਾਗਦੇ ਹੋਏ ਵੀ ਸੁੱਤੇ ਹੁੰਦੇ, ਇੱਥੇ ਸੌਣਾ ਜਾਗਣਾ ਵੀ ਹੋ ਰਿਹਾ। ਬੇਹੋਸ਼ ਹੋ ਜਾਣਾ, ਮਾਇਆ ਵਿੱਚ ਖਚਤ ਹੋ ਜਾਣਾ, ਇਹ ਸੌਂ ਜਾਣਾ। ਮਾਇਆ ਵਿੱਚ ਰਹਿੰਦਿਆਂ ਹੋਇਆਂ ਵੀ ਮਾਇਆ ਦੇ ਪ੍ਰਭਾਵ ਤੋਂ ਬਚਣਾ, ਜਾਗਣਾ। ਤੋ ਕਹਿੰਦੇ ਜਿਹੜਾ ਪ੍ਰਾਣੀ ਉਸ ਵਾਹਿਗੁਰੂ ਦੇ ਨਾਲ ਜੁੜਦਾ, ਜੀਵਨ ਸਭਨ ਦਾਤਾ, ਅਗਮ ਗਿਆਨ ਵਿਖਿਆਤਾ, ਐਨਸ ਧਿਆਨ ਤਾਵ, ਪਲਕ ਨ ਸੋਵੈ ਜੀ, ਜਾ ਕੋ ਦੇਖਤ ਦਰਿਦਰ ਜਾਵੇ,
ਜਾਕੋ ਜਿਸ ਮਾਲਕ ਦੇ ਦਰਸ਼ਨ ਕਰਦੇ ਸਨ ਦਰਿਦਰ ਜਾਵੇ। ਹੁਣ ਦਰਿਦਰ ਸ਼ਬਦ ਤੇ ਅਸੀਂ ਸੁਣ ਲਿਆ, ਕਿਸੇ ਨੇ ਆਲਸ ਨੂੰ ਦਰਿਦਰ ਕਿਹਾ, ਕਿਸੇ ਨੇ ਗਰੀਬੀ ਕੰਗਾਲੀ ਨੂੰ ਦਰਿਦਰ ਕਿਹਾ। ਜਦੋਂ ਅਸੀਂ ਦੈਵੀ ਗੁਣਾਂ ਤੋਂ ਖਾਲੀ ਹੋ ਜਾਂਦੇ ਹਾਂ, ਜਦੋਂ ਸਾਡੇ ਵਿੱਚ ਸੱਤ ਸੰਤੋਖ ਧਰਮ ਤੀਰਥ ਚੀਜ਼ਾਂ ਮੁੱਕ ਜਾਂਦੀਆਂ, ਅਸੀਂ ਦਰਿਦਰੀ ਹੋ ਜਾਂਦੇ। ਪਰ ਉਹਦੇ ਧਿਆਨ ਨਾਲ, ਉਹਦੇ ਦਰਸ਼ਨਾਂ ਨਾਲ, ਜਾ ਕੋ ਦੇਖਤ ਦਰਿਦਰ ਜਾਵੇ ਨਾਮ ਸੋ ਨਿਧਾਨ ਪਾਵੇ, ਉਹ ਨਾਮ ਰੂਪੀ ਖਜ਼ਾਨੇ ਨੂੰ ਪ੍ਰਾਪਤ ਕਰ ਲੈ ਤੇ ਗੁਰਮੁਖ ਗਿਆਨ। ਹੁਣ ਇੱਥੇ ਗੁਰਮੁਖ ਦੇ ਖੱਖੇ ਨੂੰ ਸਿਹਾਰੀ ਹੈ, ਗਿਆਨ ਦੇ ਨੰਨੇ ਨੂੰ ਸਿਹਾਰੀ। ਗੁਰੂ ਦੇ ਗਿਆਨ ਦੁਆਰਾ, ਗੁਰੂ ਦੇ ਦਿੱਤੇ ਹੋਏ ਉਪਦੇਸ਼ ਦੁਆਰਾ ਜਿਹੜਾ ਸ਼ਬਦ ਦੀ ਵਿਚਾਰ ਕਰਦਾ, ਉਹਨੂੰ ਨਾਮ ਰੂਪੀ ਖਜ਼ਾਨਾ ਮਿਲ ਜਾਂਦਾ ਤੇ ਉਹਨੂੰ ਪਤਾ ਵੀ ਨਹੀਂ ਲੱਗਦਾ ਦੁਰਮਤ ਮੈਲ ਧੋਵੈ ਜੀਉ, ਜਿਹੜੀ ਖੋਟੀ ਮਤ ਹੈ ਉਹਦੀ ਮੈਲ ਧੋ ਜਾਂਦਾ। ਸਤਿਗੁਰ ਨਾਮ ਏਕ ਲਿਵ ਮਨ ਜਪੈ ਦ੍ਰਿੜ, ਗਰੰਟੀ ਦਿੰਦੇ ਨੇ ਸਤਿਗੁਰੂ ਦੇ ਦਿੱਤੇ ਹੋਏ ਉਪਦੇਸ਼ ਨੂੰ ਇੱਕ ਮਨ ਹੋ ਕੇ ਦ੍ਰਿੜ ਹੋ ਕੇ ਲਿਵ ਲਾ ਕੇ ਜਿਹੜਾ ਜਪਦਾ ਹੈ। ਤਿੰਨ ਜਨ ਦੁੱਖ ਪਾਪ ਕਹੋ ਕਤ ਹੋਵੇ ਜੀ, ਦੱਸੋ ਉਸ ਬੰਦੇ ਨੂੰ ਕਿਵੇਂ ਦੁੱਖ ਕਿਵੇਂ ਪਾਪ ਹੋ ਸਕਦਾ, ਹੋ ਹੀ ਨਹੀਂ ਸਕਦਾ। ਆਪਾਂ ਰੋਜ਼ ਪੜ੍ਹਦੇ ਹਾਂ, ਸੁਣਿਆ ਦੁੱਖ ਪਾਪ ਕਾ ਨਾਸ ਨਾਨਕ ਭਗਤਾਂ, ਸੁਣਿਆ ਕਿਉਂਕਿ ਸੁਣਦੇ ਨਾਲ ਇਹਨਾਂ ਦੁੱਖਾਂ ਅਤੇ ਪਾਪਾਂ ਦਾ ਨਾਸ ਹੁੰਦਾ। ਜਿਵੇਂ ਇਸ਼ਨਾਨ ਕੀਤਿਆਂ ਸਰੀਰ ਦੀ ਮਹਿਲ ਆਲਸ ਉਤਰਿਆ, ਇਵੇਂ ਗੁਰੂ ਦੀ ਸੰਗਤ ਵਿੱਚ ਆਉਣ ਨਾਲ ਮਨ ਉੱਤੇ ਲੱਗੇ ਹੋਏ ਵਿਕਾਰਾਂ ਦੇ ਜਿਹੜੇ ਪ੍ਰਭਾਵ ਨੇ ਉਹ ਖਤਮ ਹੁੰਦੇ। ਆ ਜਾਏਗਾ ਜੀ ਹੁਣ ਉਹ ਤੰਦ ਸੰਗਨਕ ਤਰੀਕਾ ਤੇ ਸਮਝਾਇਆ, ਬਸ ਕੋਈ ਅੱਗੇ ਆਉਂਦਾ ਕੋਈ ਪਿੱਛੇ ਆਉਂਦਾ, ਕੋਈ ਪਹਿਲੀ ਗੱਲ ਸੁਣਦਾ ਫਿਰ ਦੂਜੀ ਉਹਨੂੰ ਨਹੀਂ ਪਤਾ ਲੱਗਦੀ, ਇਹ ਤੇ ਹੁਣ ਮੇਰਾ ਕਸੂਰ ਨਹੀਂ ਹੈਗਾ, ਇਹਦਾ ਤਰੀਕਾ ਹੈਗਾ, ਉਹ ਹੁਣੇ ਆ ਜਾਏਗਾ। ਹਾਂਜੀ ਮੈਂ ਵੀ ਉਹੀ ਕਹਿ ਰਿਹਾ ਜੀ, ਅੱਗੇ ਆ ਜਾਏਗਾ ਕਾਲੇ ਨਾ ਪਵੋ। ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਲਿਵ ਲਾਈ ਹੈ। ਹੁਣ ਜਾਣੈ ਕੋ ਤੇਰਾ, ਹੁਣ ਇੱਥੇ ਗਾਨਾ ਲਿਖਿਆ ਹੁਣ ਜਾਣੈ ਕੋ ਤੇਰਾ, ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ, ਤੁਜੈ ਬੁਝਾਈ ਹੈ ਪਰਮ ਭੁੱਲੇ ਸੰਸਾਰ, ਛੁਟੋ ਜੂਨੀ ਸੰਘਾਰ ਜਮ ਕੋ ਨ ਡੰਡਕਾਲ, ਗੁਰਮਤ ਧਿਆਈ ਹੈ ਮਨ ਪ੍ਰਾਣੀ ਮੁਗਦ ਵਿਚਾਰ, ਐਨਸ ਜਪ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ, ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਕਵਨ ਉਪਮਾ ਦਿਉ ਕਵਨ ਸੇਵਾ ਸਰਿਉ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ। ਫੁਨ
ਮਨ ਬਜ ਕਰਮ ਜਾਨ ਅਨਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਰ ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ ਚੰਦਨਾ ਸੁਭਾਸ ਜਾਸ ਸਿਮਰਤ ਅਨ ਤਰ। ਹੁਣ ਆ ਗਿਆ ਜੀ ਪੱਟ ਨਲ ਜੀ। ਇਹ ਠੀਕ ਹੈ ਕਿ ਸਾਨੂੰ ਸੁਭਾਅ ਹੈ ਵੈਸੀ, ਹੁਣ ਬਸ ਕੀਤਾ ਕਿਤਾਇਆ ਦੇ ਦਿਓ, ਫਟਾਫਟ ਦਿਓ, ਥੋੜ੍ਹੀ ਮਿਹਨਤ ਕਰੋ, ਕਿਉਂਕਿ ਪੱਟ ਸਾਹਿਬ ਦੇ ਸਵੱਈਏ ਦੀ ਚਾਲ ਵੀ ਹੁਣ ਮੈਂ ਕਿਉਂਕਿ ਪੜ੍ਹਾ ਰਿਹਾ, ਇਸ ਲਈ ਮੇਰੀ ਮਜਬੂਰੀ ਹੈ ਕਿ ਮੈਂ ਖੁਦ ਵੀ ਵਿਸਰਾਮ ਦਾ ਧਿਆਨ ਰੱਖਣਾ ਅਤੇ ਤੁਹਾਨੂੰ ਵੀ ਰਖਾਉਣਾ, ਪਰ ਜਦੋਂ ਮੈਂ ਇਹਦਾ ਆਪ ਪਾਠ ਕਰਾਂਗਾ ਨਾ ਫਿਰ ਮੇਰੀ ਚਾਲ ਹੋਰ ਹੋਵੇ। ਫਿਰ ਇਹਦੀ ਚਾਲ ਧਰਮ ਕਰਮ ਪੂਰੇ ਤਦ ਗੁਰ ਪਾਈ ਹੈ, ਪੁਨ ਜਾਣੈ ਕੋ ਤੇਰਾ ਆਪਾ, ਜਾ ਕੀ ਸੇਵਾ ਸਿੱਧ ਸਾਧ ਮੁਨ ਸੁਰ ਨਰ ਜਾਚੈ, ਸ਼ਬਦ ਤਾਰ ਏਕ ਲਿਵ ਲਾਈ ਹੈ। ਫਿਰ ਤਾਂ ਮੈਂ ਦੇਖਣਾ ਵੀ ਪਾਠ ਦੀ ਲੈ ਕਿਵੇਂ ਬਣੇ, ਰਸ ਕਿਵੇਂ ਬਣੇ। ਹੁਣ ਕਿਉਂਕਿ ਮੈਂ ਇੱਕ ਇੱਕ ਅੱਖਰ ਪੜ੍ਹਾਉਣਾ, ਇਸ ਲਈ ਮੈਨੂੰ ਬੜੇ ਜ਼ਬਤ ਨਾਲ ਐਨ ਉਹ ਲਗਾਮ ਕੱਸ ਕੇ ਚੱਲਣਾ ਪੈਂਦਾ। ਤੋ ਪਾਤ ਸਾਹਿਬ ਕਹਿੰਦੇ ਨੇ ਧਰਮ ਕਰਮ, ਕਰਮ ਤਾਂ ਸਾਰੀ ਦੁਨੀਆ ਕਰਦੀ ਹੈ, ਪਰ ਜਿਹੜੇ ਧਰਮ ਦੇ ਕਰਮ ਨੇ ਅਸਲੀ, ਉਹਨਾਂ ਦੀ ਸਮਝ ਪੂਰੇ ਸਤਿਗੁਰ ਪਾਈ ਹੈ, ਭਾਵ ਪੂਰੇ ਗੁਰੂ ਰਾਮਦਾਸ ਜੀ ਨੂੰ ਮਿਲਿਆ ਪਤਾ ਲੱਗਦਾ। ਜਾ ਕੀ ਸੇਵਾ, ਜਿਨ੍ਹਾਂ ਦੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਮੰਗਦੇ ਹਨ, ਸਿੱਧ ਵੀ ਸਾਧ ਵੀ ਮੁਨੀ ਵੀ ਜਨ ਵੀ, ਫਰਕ ਤਾਂ ਬੇਟਾ ਜਿਵੇਂ ਪਹਿਲੀ ਦੂਜੀ ਤੀਜੀ ਚੌਥੀ ਜਮਾਤ ਦਾ ਫਰਕ ਕੀ ਹੈ, ਹੈ ਮੈਂ ਤਾਂ ਦੱਸ ਰਿਹਾ ਕਿ ਸਿੱਧ ਉਹ ਹੈ ਜਿਹਨੇ ਸਿੱਧੀ ਪ੍ਰਾਪਤ ਕਰ ਲਈ, ਸਾਧ ਉਹ ਹੈ ਜਿਹੜਾ ਹਾਲੀ ਸਾਧਨਾ ਕਰ ਰਿਹਾ। ਪਹਿਲੀ ਦੂਜੀ ਤੀਜੀ ਜਮਾਤ ਕੀ ਫਰਕ, ਮੈਂ ਤੁਹਾਨੂੰ ਦੱਸ ਰਿਹਾ ਕਿ ਸਿੱਧ ਉਹ ਹੈ ਜਿਹਨੇ ਸਿੱਧੀ ਪ੍ਰਾਪਤ ਕਰ ਲਈ, ਜਿਹੜਾ ਕਿਸੇ ਚੀਜ਼ ਕਾਮਯਾਬ ਹੋ ਗਿਆ ਉਹ ਸਿੱਧ ਹੋ ਗਿਆ, ਸਾਧ ਉਹ ਹੈ ਜਿਹੜਾ ਹਾਲੀ ਯਤਨ ਕਰ ਰਿਹਾ। ਇਸੇ ਤਰ੍ਹਾਂ ਇਹ ਡਿਗਰੀਆਂ ਹਨ, ਰਿਸ਼ੀ ਮੁਨੀ ਜਨ ਦਾਸ ਸੇਵਕ, ਤੋਂ ਆਰੰਭ ਉੱਥੋਂ ਹੀ ਹੁੰਦਾ ਸਾਰਿਆਂ ਦਾ। ਜਿਵੇਂ ਆਪਾਂ ਸਾਰੇ ਜਿੰਨੇ ਵੀ ਬੈਠੇ ਹਾਂ ਸਕੂਲ 'ਚ, ਜਦੋਂ ਪਹਿਲੇ ਦਿਨ ਗਏ ਸੀ ਉਦੋਂ ਕਿਵੇਂ ਗਏ ਸੀ, ਬਸਤਾ ਲੈ ਕੇ, ਫੱਟੀ ਲੈ ਕੇ, ਕਲਮ ਦੁਆਤ, ਉਹ ਤਾਂ ਹੈ ਆਰੰਭਕ ਪ੍ਰਾਇਮਰੀ ਸਟੇਜ, ਫਿਰ ਹੌਲੀ ਹੌਲੀ ਤੁਰਦੇ ਗਏ। ਜਦੋਂ ਕਾਲਜ ਤੱਕ ਪਹੁੰਚੇ ਫਿਰ ਫੱਟਾ ਫੱਟੀ ਵੀ ਕੋਈ ਨਹੀਂ, ਬਸਤਾ ਵੀ ਕੋਈ ਨਹੀਂ, ਫਿਰ ਸਭ ਛੁੱਟੀ ਹੋ ਗਈ, ਫਿਰ ਤਾਂ ਇੱਕ ਕਾਪੀ ਅਤੇ ਪੈਨ ਲੈ ਕੇ ਚਲੇ। ਇਸੇ ਤਰ੍ਹਾਂ ਇਹ ਡਿਗਰੀਆਂ ਹਨ, ਅਵਸਥਾਵਾਂ ਹਨ। ਫੁੰਨ ਸਿੱਧ ਸਾਧ ਮੁਨ ਜਨ ਸੁਰ ਨਰ ਜੱਜ, ਦੇਖੋ ਨਾ ਆਮ ਬੰਦੇ ਨੂੰ ਬੰਦਾ ਕਿਹਾ ਜਾਂਦਾ ਅਤੇ ਬੰਦੇ ਦੇ ਗੁਣ ਵੇਖ ਕੇ ਫਿਰ ਉਹਦੇ 'ਤੇ ਨਿਰਣਾ ਹੁੰਦਾ ਜੀ ਉਹ ਬੰਦਾ ਬਹੁਤ ਵਧੀਆ ਅਤੇ ਉਹ ਬੰਦਾ ਘਟੀਆ, ਉਹ ਦੇਵਤਾ ਹੈ ਉਹ ਰਾਕਸ਼ਸ ਹੈ। ਫਰਕ ਕੀ ਹੈ, ਅੱਖਾਂ ਉਹਦੀਆਂ ਵੀ ਦੋ ਨੇ, ਅੱਖਾਂ ਉਹਦੀਆਂ ਵੀ ਦੋ ਨੇ, ਕੰਨ ਉਹਦੇ ਵੀ ਦੋ ਨੇ, ਉਹਦੇ ਗੁਣ ਵੇਖ। ਤੋ ਕਹਿੰਦੇ ਨੇ ਇਹ ਸਾਰੀ ਧਰਮ ਕਰਮ ਪੂਰੇ ਸਤਿਗੁਰ, ਸਿੱਧ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ, ਸ਼ਬਦ ਸਾਰ ਏਕ ਲਿਵ ਲਾਈ। ਹੁਣ ਤਰੀਕਾ ਕੀ ਹੈ ਕਿ ਉਹ ਜਿਹੜਾ ਗੁਰੂ ਦਾ ਸ੍ਰੇਸ਼ਟ ਸ਼ਬਦ ਹੈ, ਹੁਣ ਦੇਖੋ ਮੇਰੀ ਡਿਊਟੀ ਹੈ ਕਿ ਮੈਂ ਨਾਲ ਦੀ ਨਾਲ ਦੱਸੀ ਜਾਵਾਂ, ਕਿਤੇ ਸਾਰੀ ਜਗ੍ਹਾ ਤੁਸੀਂ ਸਾਰ ਦੇ ਅਰਥ ਸ੍ਰੇਸ਼ਟ ਨਾ ਕਰ ਲਓ। ਸਾਰ ਦਾ ਅਰਥ ਸ੍ਰੇਸ਼ਟ ਵੀ ਹੈ, ਸਾਰ ਦਾ ਅਰਥ ਕਿਸੇ ਦੀ ਖਬਰ ਸਾਰ ਲੈਣੀ ਵੀ ਹੈ, ਸਾਰ ਦਾ ਅਰਥ ਨਿਚੋੜ ਵੀ ਹੈ, ਸਾਰ ਫੁਲਾਦ ਨੂੰ ਵੀ ਕਹਿੰਦੇ ਨੇ। ਇਹ ਤਾਂ ਤੁਹਾਨੂੰ ਥੋੜ੍ਹਾ ਮਿਹਨਤ ਕਰਨੀ ਪੈਗੀ, ਕਨਸੈਪਟ ਦੇਖਣਾ ਪਵੇਗਾ ਵੀ ਇੱਥੇ ਸਾਰ ਕਿਹੜਾ। ਇਹ ਹੈ ਸ਼ਬਦ ਸਾਰ,
ਗੁਰੂ ਦੇ ਸ੍ਰੇਸ਼ਟ ਸ਼ਬਦ ਦੇ ਨਾਲ ਏਕ ਲਿਵ ਸ਼ਬਦ ਸਾਡੇ ਸਾਰਿਆਂ ਦੇ ਸਾਹਮਣੇ ਹੈ ਪਰ ਕਿਸੇ ਦੀ ਲਿਵ ਲੱਗ ਗਈ ਹੈ ਕਿਸੇ ਦੀ ਨਹੀਂ ਲੱਗੀ ਕੋਈ ਹਾਲੀ ਇੱਥੇ ਬੈਠਾ ਵੀ ਬਾਹਰ ਖੜਕਾ ਸੁਣਦਾ ਵੀ ਕੀ ਹੋ ਰਿਹਾ ਕੌਣ ਆ ਰਿਹਾ ਕੌਣ ਜਾ ਰਿਹਾ ਏਕ ਲਿਵ ਲਾਈਏ ਫਿਰ ਧਿਆਨ ਦਿਓ ਧਰਮ ਕਰਮ ਪੂਰੇ ਸਤਿਗੁਰ ਪਾਈ ਹੈ ਜਾ ਕੀ ਸੇਵਾ ਸਿੱਧ ਸਾਧ ਮੁਨ ਜਨ ਸੁਰ ਨਰ ਜਾਚੈ ਸ਼ਬਦ ਸਾਰ ਏਕ ਲਿਵ ਲਾਈ ਉਹ ਜਿਹੜਾ ਸ੍ਰੇਸ਼ਟ ਸ਼ਬਦ ਹੈ ਨਾ ਗੁਰੂ ਦਾ ਤੁਸੀਂ ਉਹਦੇ ਵਿੱਚ ਲਿਵ ਲਾਈ ਸਾਡੀ ਲਿਵ ਲੱਗਦੀ ਨਹੀਂ ਅਸੀਂ ਇੱਥੇ ਆ ਕੇ ਮਾਰ ਖਾ ਜਾਂਦੇ ਵੀ ਸਾਡੀ ਲਿਵ ਨਹੀਂ ਲੱਗਦੀ ਬੈਠੇ ਇੱਥੇ ਹਾਂ ਧਿਆਨ ਘਰ ਚਲਾ ਜਾਂਦਾ ਇਸ ਕਰਕੇ ਉਹ ਸਾਡੀ ਮਿਹਨਤ ਅਜਾਈ ਚਲੀ ਜਾਂਦੀ ਕਹਿੰਦੇ ਫੁੱਨ ਜਿਹੜਾ ਫਿਰ ਇੱਕ ਲਿਵ ਲਾ ਲੈਂਦਾ ਉਹ ਤੁਹਾਡੀ ਕਿਰਪਾ ਦੇ ਨਾਲ ਹੈ ਗੁਰੂ ਰਾਮਦਾਸ ਉਹਦੀ ਅਵਸਥਾ ਆਟੋਮੈਟਿਕਲੀ ਉੱਚੀ ਹੁੰਦੀ ਫੁੱਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੈ ਬੁਝਾਈ ਤੁਹਾਡੇ ਤੇ ਕਿਰਪਾ ਹੋ ਗਈ ਹੇ ਗੁਰੂ ਰਾਮਦਾਸ ਕੌਣ ਤੇਰਾ ਅੰਤ ਪਾ ਸਕਦਾ ਤੂੰ ਬੇਅੰਤ ਨਿਰਭਉ ਨਿਰੰਕਾਰ ਦਾ ਰੂਪ ਹੈ ਕਥਨ ਯੋਗ ਅਕਥ ਹਰੀ ਦਾ ਗਿਆਨ ਤੈਨੂੰ ਹੀ ਮਿਲਿਆ ਹੈ ਭਰਮਾਂ ਵਿੱਚ ਭੁੱਲੇ ਹੋਏ ਹੇ ਸੰਸਾਰੀ ਜੀਵ ਗੁਰੂ ਰਾਮਦਾਸ ਜੀ ਦੀ ਮਤ ਲੈ ਕੇ ਪ੍ਰਭੂ ਦਾ ਨਾਮ ਸਿਮਰ ਤੂੰ ਜਨਮ ਮਰਨ ਤੋਂ ਭਾਵ ਬਚ ਜਾਏਗਾ ਤੇ ਜਮ ਕੀ ਤਾੜਨਾ ਵੀ ਨਹੀਂ ਹੋਵੇਗੀ ਤੋ ਥੋੜ੍ਹਾ ਜਿਹਾ ਗਹਿਰਾਈ ਵਿੱਚ ਤੇ ਜਾਣਾ ਪੈਂਦਾ ਇਹ ਸਿਰਫ ਯਤਨ ਜਿਹੜਾ ਨਾ ਉਹ ਇਸ ਲਈ ਹੈ ਕਿ ਸਵਈਏ ਔਖੇ ਨਹੀਂ ਸਿਰਫ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਵਿਸਰਾਮ ਠੀਕ ਦੇਣਾ ਇਹ ਔਖਾ ਹੈ ਫੁੱਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨ ਹਾਰ ਤੁਝੈ ਬੁਝਾਈ ਇਹ ਤੁਹਾਡੇ ਤੇ ਕਿਰਪਾ ਹੋ ਗਈ ਅਸੀਂ ਭਰਮ ਭੁੱਲੇ ਸੰਸਾਰ ਅਸੀਂ ਭਰਮ ਵਿੱਚ ਭੁੱਲੇ ਹੋਏ ਹਾਂ ਹੇ ਸੰਸਾਰ ਦੇ ਲੋਕੋ ਛੋਟੋ ਜੂਨੀ ਸੰਘਾਰ ਤੁਸੀਂ ਵੀ ਇਹਨਾਂ ਜੰਮਣ ਮਰਨ ਦੀਆਂ ਜੂਨੀਆਂ ਤੋਂ ਛੁੱਟ ਸਕਦੇ ਹੋ ਕਿਵੇਂ ਜਮ ਕੋ ਨਾ ਡੰਡ ਕਾਲ ਗੁਰਮਤ ਧਿਆਈ ਗੁਰੂ ਦੀ ਮਤ ਦੇ ਨਾਲ ਧਿਆਈ ਹੈ ਉਸ ਪਰਮਾਤਮਾ ਨੂੰ ਧਿਆਉਣਾ ਕਰੀਏ ਤੇ ਅਸੀਂ ਵੀ ਛੁੱਟ ਸਕਦੇ ਪਰ ਗੁਰੂ ਰਾਮਦਾਸ ਜੀ ਨੇ ਇਹ ਕਾਰਜ ਕਰ ਲਿਆ ਫਿਰ ਕਹਿੰਦੇ ਨੇ ਮਨ ਪ੍ਰਾਣੀ ਮੁਗਧ ਵਿਚਾਰ ਹੁਣ ਇੱਥੇ ਮਨ ਦਾ ਨੰਨਾ ਮੁਕਤਾ ਹੈ ਇਹ ਸੰਬੋਧਨ ਹੈ ਆਪਾਂ ਸਾਰੇ ਆਪਣੇ ਆਪਣੇ ਮਨ ਨੂੰ ਹੇ ਮੂਰਖ ਮਨ ਹੇ ਮੁਗਧ ਮਨ ਵਿਚਾਰ ਵਿਚਾਰ ਕੇ ਕੀ ਕਰ ਐਨਸ ਜਪ ਧਰਮ ਕਰਮ ਪੂਰੇ ਸਤਿਗੁਰ ਐਨਸ ਜਪ ਅਸੀਂ ਤੇ ਘੜੀ ਨਹੀਂ ਜਪ ਸਕਦੇ ਇਹ ਆਉਂਦੇ ਨੇ ਦਿਨੇ ਰਾਤੀ ਜਪ ਸਹੀ ਤਾਂ ਹੁਜਤਾਂ ਕਰ ਉਹ ਜੀ ਫਿਰ ਗੁਰਦੁਆਰੇ ਹੀ ਬੈਠੇ ਰਿਹਾ ਕਰੀਏ ਫਿਰ ਦੁਕਾਨ 'ਤੇ ਜਾਣ ਦੀ ਲੋੜ ਨਹੀਂ ਅਸੀਂ ਤਾਂ ਇਹੋ ਜਿਹੀਆਂ ਗੱਲਾਂ ਨਹੀਂ ਨਹੀਂ ਗੁਰ ਦੁਕਾਨ 'ਤੇ ਬਹਿ ਕੇ ਵੀ ਜਪਿਆ ਜਾਏ ਮੈਂ ਕਈ ਵਾਰੀ ਤੁਹਾਨੂੰ ਸੁਣਾਇਆ ਜਿਹਨਾਂ ਮਹਾਤਮਾ ਗੁਰ ਮੈਂ ਪੜ੍ਹਦਾ ਸੀ ਉਹ ਹੈ ਤਾਂ ਬੜੇ ਪੜ੍ਹੇ ਲਿਖੇ ਸਨ ਡਬਲ ਐੱਮ ਏ ਸਨ ਹਾਰਵਰਡ ਯੂਨੀਵਰਸਿਟੀ ਦੇ ਪਰ ਜਦੋਂ ਸਿਮਰਨ ਦੀ ਗੱਲ ਸਮਝਾਉਂਦੇ ਕਮਾਲ ਹੀ ਕਰ ਦਿੰਦੇ ਕਹਿੰਦੇ ਬੀਬੀ ਉਹ ਦੁੱਧ ਰਿੜਕਦੀਆਂ ਸੱਜੇ ਹੱਥ ਨਾਲ ਰੱਸੀ ਖਿੱਚਿਆ ਕਰੋ ਆਖੋ ਵਾਹਿ ਖੱਬੇ ਨਾਲ ਖਿੱਚੋ ਆਖੋ ਗੁਰੂ ਵਾਹਿ ਗੁਰੂ ਵਾਹਿ ਦੁੱਧ ਵੀ ਰਿੜਕਿਆ ਜਾਏਗਾ ਸਿਮਰਨ ਆਟੇ ਨਾਲ ਆਟਾ ਗੁੰਨਦੀਆਂ ਦੋ ਹੱਥਾਂ ਨਾਲ ਸੱਜੇ ਹੱਥ ਦੀ ਮੁੱਕੀ ਦਿਓ ਆਖੋ ਵਾਹਿ ਗੁਰੂ ਵਾਹਿ ਇਹ ਹੈ ਐਨਿਸ ਘਰ 'ਤੇ ਕੰਮ ਕਾਰ ਕਰਦੇ ਆ ਤੁਸੀਂ ਭਾਈ ਵੀਰੋ ਸਾਈਕਲ ਚਲਾਉਂਦੇ ਹੋ ਸੱਜਾ ਪੈਡਲ ਦੱਬੋ ਵਾਹਿ ਗੁਰੂ ਵਾਹਿ ਗੁਰੂ ਸਾਈਕਲ ਵਿੱਚ ਮਤਲਬ ਪ੍ਰੈਕਟੀਕਲੀ ਜੀਵਨ ਵਿੱਚ ਲਿਆਉਣ ਲਈ ਕੁਛ ਕਰਨਾ ਤਾਂ ਪੈਂਦਾ
ਅਸੀਂ ਅੱਜ ਹੁਣ ਇਸ ਤਰ੍ਹਾਂ ਦੀ ਨੌਬਤ ਵਿੱਚ ਪਹੁੰਚ ਗਏ ਹਾਂ ਵੀ ਪਾਠ ਤੁਸੀਂ ਕਰੋ, ਅਰਦਾਸ ਸਾਡੀ ਕਰੋ। ਹੁਣ ਅਸੀਂ ਇੱਥੇ ਟਿਕੇ ਜਦੋਂ ਕਿ ਗੁਰਮਤ ਇਹ ਨਹੀਂ ਕਹਿੰਦੀ। ਗੁਰਮਤ ਕਹਿੰਦੀ ਹੈ ਮਨ ਪ੍ਰਾਣੀ ਮੁਗਧ ਵਿਚਾਰ ਐਨਸ ਜਪ ਧਰਮ ਕਰਮ ਪੂਰੇ ਸਤਿਗੁਰ। ਪੂਰੇ ਸਤਿਗੁਰੂ ਦੇ ਦੱਸੇ ਅਨੁਸਾਰ ਜੇ ਆਪਾਂ ਇਸ ਤਰ੍ਹਾਂ ਦਾ ਜੀਵਨ ਕੱਢ ਲਵਾਂਗੇ ਤੇ ਫਿਰ ਉਹ ਧਰਮ ਦੇ ਕਰਮਾਂ ਦੀ ਸੋਝੀ ਆ ਜਾਏਗੀ, ਇੱਕ ਵਿਵੇਕ ਪੈਦਾ ਹੋ ਜਾਏਗਾ। ਤਾਂ ਹੀ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਨਾ, ਪਾਠ ਪੜ੍ਹਿਓ ਹਰ ਵੇਦ ਵਿਚਾਰਿਓ ਨਿਵਲ ਭੋਂਗਮ ਸਾਧੇ ਪੰਚ ਜਨਾਂ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਗ ਬੁੱਧ ਬਦ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨਿਕ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕ। ਹੇ ਵਾਹਿਗੁਰੂ ਕਿਰਪਾ ਕਰੋ ਸਾਡੀ ਬੁੱਧੀ ਵਿੱਚ ਵਿਵੇਕ ਦੇ ਦੇ, ਸਾਨੂੰ ਇਹ ਸਮਝ ਆ ਜਾਏ ਕਿਹੜਾ ਕੰਮ ਠੀਕ ਹੈ ਕਿਹੜਾ ਗਲਤ। ਔਰ ਇਹ ਸਿੱਖਣ ਦਾ ਸਕੂਲ ਜਿਹੜਾ ਉਹ ਹੈ ਸਤਸੰਗਤ। ਅਸੀਂ ਗੁਰਦੁਆਰੇ ਬੜੇ ਚਾਅ ਨਾਲ ਬਣਾਉਂਦੇ ਹਾਂ, ਕਲੋਨੀ ਕਲੋਨੀ ਵਿੱਚ ਬਣਾ ਲਏ, ਬਰਾਦਰੀਆਂ ਦੇ ਨਾਮ 'ਤੇ ਬਣਾ ਲਏ, ਜਿਹੜਾ ਕੰਮ ਕਰਨਾ ਉਹ 'ਚ ਕਰਦੇ ਹੀ ਆਉਂਦੇ ਹੀ ਨਹੀਂ ਗੁਰਦੁਆਰੇ। ਹੁਣ ਗੁਰਦੁਆਰਾ ਕਸੂਰ ਕਿਹਦਾ ਕੱਢੋਗੇ? ਬਾਬੇ ਨੇ ਦੱਸਿਆ ਗੁਰਦੁਆਰੇ ਹੋਏ ਸੋਝੀ ਪਾਹੇ ਸੀ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਏਤ ਦੁਆਰੇ ਧੋਏ ਅੱਛਾ ਹੋਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ। ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ, ਮੈਲੇ ਅੱਛੇ ਕਾ ਵਿਚਾਰ ਆਪ ਵਰਤਾਏ ਸੀ। ਮਨ ਪ੍ਰਾਣੀ ਮੁਗਧ ਵਿਚਾਰ ਐਨਸ ਜਪ ਧਰਮ ਕਰਮ ਪੂਰੇ ਸਤਿਗੁਰ। ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ, ਕਮਨ ਉਪਮਾ ਦੇਉ। ਹੁਣ ਇਹਨੂੰ ਦਿਉ ਨਹੀਂ ਕਹਿਣਾ, ਦਿਉ ਕਮਨ ਉਪਮਾ ਦਿਉ ਕਮਨ ਸੇਵਾ ਸਰਿਉ, ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਫੁਨ। ਮਨ ਬਚ ਕ੍ਰਮ ਜਾਨ ਅਨੰਤ ਦੂਜਾ ਨ ਮਾਨ, ਨਾਮ ਸੋ ਅਪਾਰ ਸਾਰ ਦੀਨੋ ਗੁਰ ਰਿਦ ਧਰ। ਨਲ ਕਵ ਪਾਰਸ ਪਰਸ ਕੱਚ ਕੰਚਨਾ ਹੋਏ, ਚੰਦਨਾ ਸੁਬਾਸ ਜਾਸ ਸਿਮਰਤ ਅਨ ਤਰ। ਹਉ ਮੈਂ ਬਲ ਬਲ ਜਾਵਾਂ ਸਦਕੇ ਜਾਵਾਂ ਸਤਿਗੁਰ ਸਾਚੇ ਨਾਮ ਪਰ। ਕਿੱਥੇ ਰਹਿ ਗਿਆ ਜੀ? ਅੱਛਾ ਪਾਠ ਵਿੱਚ ਰਹੇ, ਖਿਮਾ ਕਰਨ ਖਿਮਾ ਕਰਨ ਖਿਮਾ ਕਰਨ। ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ, ਜੀ ਹਉ ਬਲ ਬਲ ਜਾਉ ਸਤਿਗੁਰ ਸਾਚੇ ਨਾਮ ਪਰ। ਪਾਠ ਸਭ ਕਹਿੰਦੇ ਨੇ ਹਉ ਬਲ ਬਲ ਜਾਉ, ਮੈਂ ਬਲਿਹਾਰ ਬਲਿਹਾਰ ਜਾਂਦਾ
ਸਤਗੁਰ ਸਾਚੇ ਨਾਮ। ਗੁਰੂ ਦੇ ਦਿੱਤੇ ਹੋਏ ਨਾਮ ਉਪਦੇਸ਼ ਤੋਂ ਤਥਾ ਗੁਰੂ ਤੋਂ ਮੈਂ ਕੁਰਬਾਨ ਜਾਂਦਾ। ਕਵਨ ਉਪਮਾ ਦੇ, ਕਿਹਦੇ ਨਾਲ ਤੁਲਨਾ ਦੇਵਾਂ, ਕਵਨ ਸੇਵਾ ਸਿਰਿਓ ਕਿਹੜੀ ਸੇਵਾ ਕਰ। ਬਸ ਇੱਕੋ ਹੀ ਹੈ, ਏਕ ਮੁੱਖ ਰਸਨਾ ਰਸੋ ਜੁਗ ਜੋਰ ਕਰਕੇ ਹੱਥਾਂ ਨੂੰ, ਜੇ ਕਰਦੇ ਰਾਰੇ ਨੂੰ ਸਿਆਰੀ ਲੱਗ ਜਾਏਗੀ, ਉਹ ਕਰਨ ਵਾਸਤੇ ਹੈ। ਜੁਗ ਜੋਰ ਕਰ, ਜੁਗ ਮੈਨੂੰ ਹੱਥ, ਜੋੜ ਮੈਨੂੰ ਜੋੜ ਕੇ, ਕਰ ਮੈਨੂੰ ਹੱਥ, ਇੱਕ ਮਨ ਹੋ ਕੇ। ਏਕ ਮੁੱਖ ਰਸਨਾ ਰਸੋ, ਰਸਨਾ ਰਸੋ, ਵਾਹਿਗੁਰੂ ਵਾਹਿਗੁਰੂ ਤਾਂ ਆਪਾਂ ਕਹਿੰਦੇ ਹਾਂ, ਪਰ ਰਸ ਲੈ ਕੇ ਨਹੀਂ ਕਹਿੰਦੇ। ਉਹ ਫਰਕ ਜਿਹੜਾ ਨਾ, ਉਹ ਤੇ ਕੱਢਣਾ ਪਵੇ। ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਇੱਕ ਵਿਚਾਰ, ਸੋਈ ਰਾਮ ਸਵੇ ਕਹੇ ਸੋਈ ਕੌਤਕ ਹਾਰ। ਕਬੀਰ ਰਾਮੇ ਰਾਮ ਕਹੋ ਕਹਿ ਬੇ ਮਾਹੇ ਬਵੇਖ, ਏਕ ਅਨੇਕਾ ਮਿਲ ਗਿਆ ਏਕ ਸਮਾਨਾ ਏਕ। ਏਕ ਮੁੱਖ ਰਸਨਾ ਰਸੋ ਜੁਗ ਜੋਰ ਕਰ, ਜਾਂਚ ਤੇ ਦੱਸੀ ਜਾ ਰਹੀ ਹੈ, ਪਰ ਅਸੀਂ ਬਹੁਤਾ ਧਿਆਨ ਹੀ ਨਹੀਂ ਦਿੰਦੇ। ਪਾਠ ਕਦੋਂ ਹੋ ਗਿਆ, ਕਦੋਂ ਰੱਖਿਆ ਗਿਆ, ਕਦੋਂ ਭੋਗ ਪੈ ਗਿਆ, ਪਤਾ ਹੀ। ਰੋਜ਼ ਸਾਨੂੰ ਸਮਝਾਉਣ ਲਈ ਬੜੀਆਂ ਚੀਜ਼ਾਂ ਆਉਂਦੀਆਂ ਨੇ। ਘਰ ਵਾਲੇ ਆ ਕੇ ਕਹਿੰਦੇ, ਭਾਈ ਜੀ ਪਾਠ ਹੌਲੀ ਕਰੋ, ਹਾਲੀ ਦਾਰ ਜੀ ਨਹਾ ਰਹੇ ਨੇ। ਹੈਂ, ਦਾਰ ਜੀ ਨਹਾ ਕੇ ਆਉਣਗੇ ਫਿਰ ਭੋਗ ਪਾਏ। ਮਤਲਬ ਇਸ ਤਰ੍ਹਾਂ ਦੀ ਅਸੀਂ ਇਹ ਖੇਡ ਬਣਾ ਲਈ। ਉਹ ਜਿਹੜਾ ਚਿੱਤ ਚਾਹ ਵਾਲੀ ਗੱਲ ਸੀ ਉਹ ਨਹੀਂ ਰਹੀ, ਇਸ ਵਾਸਤੇ ਉਹਦਾ ਰਸ ਵੀ ਉਨਾ ਕੀ ਆਏਗਾ। ਖਿਮਾ ਕਰਨਾ, ਹੋਂ ਬਲ ਬਲ ਜਾਓ ਸਤਿਗੁਰੂ ਸਾਚੇ ਨਾਮ ਪੁਰ। ਕਮਨ ਉਪਮਾ ਥੀ, ਕਮਨ ਸੇਵਾ ਸਨ, ਏਕ ਮੁੱਖ ਰਸਨਾ ਰਸੋ ਜੁਗ ਜੋਗ। ਹੁਣ ਇੱਥੇ ਬਸ ਨਹੀਂ, ਮਨ ਬਚ ਕ੍ਰਮ ਜਾਣ, ਇਹ ਤਿੰਨ ਚੀਜ਼ਾਂ ਨੇ। ਇੱਕ ਹੈ ਮਨ, ਇੱਕ ਹੈ ਬਚ, ਇੱਕ ਹੈ ਕ੍ਰਮ। ਕਈ ਵਾਰੀ ਅਸੀਂ ਮਨ ਵਿੱਚ ਤਾਂ ਚਾਹੁੰਦੇ ਹਾਂ ਵੀ ਬੜੇ ਅਸੀਂ ਨੇਕ ਬਣ, ਸਿੱਖ ਬਣ ਜੀ, ਪਰ ਆਪਣੀ ਰਸਨਾ 'ਤੇ ਕੰਟਰੋਲ ਨਹੀਂ। ਬਚਨ ਬੋਲਦੇ ਹਾਂ ਅਤੇ ਅਗਲੇ ਦੇ ਤਨ ਮਨ ਨੂੰ ਸਾੜ ਦਿੰਦੇ ਹਾਂ। ਹਿਰਦੇ ਦੀ ਜਿਹੜੀ ਚੰਗਿਆਈ ਉਹ ਕੀ ਕਰੇਗੀ? ਅਤੇ ਜਦੋਂ ਅਸੀਂ ਕ੍ਰਮ ਪ੍ਰੈਕਟੀਕਲੀ ਕਰਦੇ ਹਾਂ ਉਦੋਂ ਹੋਰ ਹੀ ਗੜਬੜ ਕਰ ਜਾਂਦੇ ਹਾਂ। ਨਹੀਂ, ਫੁਨ ਮਨ ਬਚ ਕ੍ਰਮ ਜਾਣ, ਇਹਨਾਂ ਤਿੰਨਾਂ ਤਰੀਕਿਆਂ ਨਾਲ ਹੀ ਜਾਣਨਾ ਪਵੇਗਾ। ਸਿੱਖ ਨੂੰ ਇਹ ਧਿਆਨ ਹੋਵੇ, ਫਿਕਰ ਹੋਵੇ। ਮੈਂ ਰੋਜ਼ ਗੁਰਦੁਆਰੇ ਜਾਂਦਾ ਅਤੇ ਮੈਂ ਮਨ ਵਿੱਚ ਕੀ ਸੋਚਦਾ, ਤਥਾ ਮੈਂ ਪਰਿਵਾਰ ਵਿੱਚ ਆ ਕੇ ਕਿਹੋ ਜਿਹਾ ਬੋਲਦਾ, ਵੱਡੂ ਖਾਊ ਤਾਂ ਨਹੀਂ ਕਰਦਾ। ਮਤਲਬ ਬਚਨ ਵਿੱਚ ਵੀ ਮਿਠਾਸ ਚਾਹੀਦੀ, ਅਤੇ ਫਿਰ ਜਿਹੜਾ ਅਸੀਂ ਕਰਮ ਕਰਦੇ ਉਹਦੇ ਵਿੱਚੋਂ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਗੁਰਦੁਆਰੇ ਜਾਂਦਾ ਹੈ। ਇਹਦੇ ਕਰਮ ਕਰਨ ਦੇ ਤਰੀਕੇ ਅਤੇ ਦੂਜਿਆਂ ਦੇ ਵਿੱਚ ਕੁਝ ਫਰਕ ਹੈ। ਫੁਨ ਮਨ ਬਚ ਕ੍ਰਮ ਜਾਣ, ਇਹਨਾਂ ਤਿੰਨਾਂ ਤਰੀਕਿਆਂ ਨਾਲ ਹੀ ਉਸ ਨੂੰ ਜਾਣਨਾ ਹੈ, ਪਛਾਣਨਾ। ਫਿਰ ਅਨੰਤ ਦੂਜਾ ਨਾ ਮਾਨ, ਅਨੰਤ ਦਾ ਮਤਲਬ ਹੈ ਹੋਰ ਕਿਸੇ ਦੂਜੇ ਦੀ ਮਾਨਤਾ ਨਹੀਂ ਕਰਨੀ। ਅਤੇ ਅਸੀਂ ਹੁਣ ਕੀ ਕਰਦੇ? ਖਿਮਾ ਕਰਨੀ, ਅਸੀਂ ਤਾਂ ਚੁਫੇਰ ਗੜੀਏ ਬਣੇ ਹੋਏ ਹਾਂ। ਜਿਹਨੇ ਲਾਈ ਗੱਲੀ ਤਾਂ ਉਸੇ ਨਾਲ ਉੱਠ ਚੱਲੀ, ਆਪਣੀਆਂ ਵੋਟਾਂ ਵਾਸਤੇ ਹਰ ਜਗ੍ਹਾ 'ਤੇ ਪਹੁੰਚ ਜਾਂਦੇ। ਮੈਨੂੰ ਘਟਨਾ ਯਾਦ ਹੈ, ਸਾਡੇ ਨੇੜੇ ਪਿੰਡ ਹੈ ਠੋਲ, ਉੱਥੇ ਦੇ ਇੱਕ ਸੱਜਣ ਸਨ ਜਗਦੀਸ਼, ਜਗਦੀਸ਼ ਜੀ ਉਹਨਾਂ ਨੂੰ ਕਹਿੰਦੇ ਹਨ, ਅਤੇ ਉਹ ਵੋਟਾਂ 'ਚ ਖੜ੍ਹੇ ਹੋ ਗਏ। ਹੁਣ ਜਿਹੜੇ ਸਪੋਰਟਰ ਹੁੰਦੇ ਨੇ ਉਹ ਫਿਰ ਖਿੱਚ ਖਿੱਚ ਕੇ ਨਾਲ, ਇੱਧਰ ਚਲੋ ਜੀ, ਇੱਧਰ ਚਲੋ ਜੀ, ਇੱਧਰ ਚਲੋ। ਉਹ ਰਵਿਦਾਸ ਮੰਦਿਰ ਦੇ ਅੱਗੇ ਗਏ, ਉਹਨੂੰ ਕਹਿਣ ਲੱਗੇ ਜੀ ਅੰਦਰ ਚੱਲ ਕੇ। ਉਹ ਕਹਿੰਦਾ ਵੀ ਮੈਂ ਤਾਂ ਆਰੀਆ ਸਮਾਜੀ, ਮੈਂ ਨਹੀਂ ਮੂਰਤੀ ਨੂੰ ਮੱਥਾ ਟੇਕਦਾ, ਵੋਟਾਂ ਦੇਣੀਆਂ ਨੇ ਦਿਓ, ਨਹੀਂ ਦੇਣੀਆਂ ਨਹੀਂ। ਜਿੰਨਾ ਦੇ ਮਤਲਬ ਕਹਿਣ ਤੋਂ ਇੱਕ ਨੂੰ ਮੈਂ ਮੰਨਦਾ ਹਾਂ,
ਪਰ ਮੈਂ ਉਹਨੂੰ ਮੂਰਤੀ ਰੂਪ ਨਹੀਂ ਮੰਨਿਆ। ਦੂਜੇ ਦਾ ਮਤਲਬ ਹੈ ਇੱਕ ਤੇ ਭਰੋਸਾ, ਤੇ ਸਾਨੂੰ ਇੱਕ ਵੀ ਦੱਸਿਆ, ਇੱਕ ਦੇ ਗੁਣ ਵੀ ਦੱਸੇ, ਅਸੀਂ ਪੜ੍ਹ ਲਏ। ਇੱਕੋ ਹੈ ਭਾਈ, ਇੱਕੋ ਹੈ, ਫਿਰ ਉਸ ਇੱਕ ਦੇ ਗੁਣ ਵੀ ਦੱਸੇ। ਉਹ ਪੈਦਾ ਵੀ ਕਰਨ ਵਾਲਾ ਹੈ, ਪਾਲਣ ਵੀ ਵਾਲਾ ਹੈ, ਮਾਰਨ ਵੀ ਵਾਲਾ ਹੈ, ਔਰ ਉਹ ਸਰਵ ਵਿਆਪਕ ਹੈ। ਤੋ ਖੈਰ, ਇੱਕੋ ਸਵੱਈਏ ਵਿੱਚ ਅਸੀਂ ਉਲਝ ਜਾਵਾਂਗੇ, ਭਾਵੇਂ ਅੰਦਰੋਂ ਭੁੱਖ ਹੈ ਵੀ ਆਪਾਂ ਮੈਂ ਮੇਰੇ ਸਮੇਤ ਆਪਾਂ ਸਾਰੇ ਸਮਝ ਲਈਏ। ਕਿਉਂ ਨਹੀਂ ਰੰਗ ਚੜ੍ਹਦਾ, ਕਿਉਂ ਨਹੀਂ ਅਸਰ ਹੁੰਦਾ? ਕਿਉਂਕਿ ਅਸੀਂ ਮਨ ਕਰਕੇ ਹੋਰ ਹਾਂ, ਬਚਨ ਕਰਕੇ ਹੋਰ ਹਾਂ, ਕਰਮ ਕਰਕੇ ਹੋਰ। ਹੁਣ ਮਨ ਬਚ ਕਰਮ ਜਾਨ, ਅਨਤ ਦੂਜਾ ਨਾ ਮਾਨ। ਕਿਸੇ ਹੋਰ ਦੂਜੇ ਨੂੰ ਨਹੀਂ ਮੰਨ। ਨਾਮ ਸੋ ਅਪਾਰ ਸਾਰ, ਉਸ ਅਪਾਰ ਪਰਮਾਤਮਾ ਦਾ ਨਾਮ ਜੋ ਸਭ ਤੋਂ ਸ੍ਰੇਸ਼ਟ ਹੈ, ਦੀਨੋ ਗੁਰ ਰਿੱਧ ਧਰ। ਹੁਣ ਇੱਥੇ ਗੁਰਦੇ ਰਾਰੇ ਨੂੰ ਸਿਆਰੀ ਹੈ। ਗੁਰੂ ਅਮਰਦਾਸ ਜੀ ਨੇ ਤੁਹਾਡੇ ਹਿਰਦੇ ਵਿੱਚ ਧਰ ਦਿੱਤਾ, ਉਹ ਤੁਹਾਡੇ ਹਿਰਦੇ ਵਿੱਚ ਵਸਾ ਦਿੱਤਾ। ਤੇ ਨਲ ਕਵ, ਇਹ ਹੁਣ ਭੱਟ ਜੀ ਦਾ ਨਾਮ ਹੈ, ਕਵ ਬਾਬੇ ਨੂੰ ਸਾਰੀ ਕਵੀ ਨਲ ਕਵੀ ਕਹਿੰਦੇ। ਪਾਰਸ ਪਰਸ ਕੱਚ ਕੰਚਨਾ ਹੋਏ, ਜਿਹੜਾ ਪਾਰਸ ਨਾਲ ਛੂਹੇਗਾ ਉਹ ਕੱਚ ਤੋਂ ਕੰਚਨ ਬਣੇਗਾ। ਜਿਵੇਂ ਚੰਦਨਾ ਸੁਬਾਸ ਜਾਸ ਸਿਮਰਤ ਅੰਨ ਤਰ, ਅੰਨ ਦਾ ਮਤਲਬ ਹੈ ਹੋਰ ਦੂਜੇ ਤਰ ਦਰਖਤ। ਜਿਵੇਂ ਚੰਦਨ ਦੇ ਬੂਟੇ ਦੇ ਨਾਲ ਲੱਗ ਕੇ ਉਹਨਾਂ ਵਿੱਚ ਸੁਬਾਸ ਹੋ ਜਾਂਦੀ, ਬਾਸ ਤੇ ਕਹਿੰਦੇ ਨੇ ਖੁਸ਼ਬੂ ਨੂੰ ਜਿਹੜੀ ਵੀ ਆ ਰਹੀ ਹੋ, ਸੁਬਾਸ ਦਾ ਮਤਲਬ ਸ੍ਰੇਸ਼ਟ। ਸੱਚਮੁੱਚ ਗੁਰੂ ਚੰਦਨ ਹੈ, ਗੁਰੂ ਪਾਰਸ, ਪਰ ਜੇ ਅਸੀਂ ਛੂਹਾਂਗੇ ਨਹੀਂ। ਹੁਣ ਅਸੀਂ ਤੇ ਆਉਂ, ਮੈਂ ਤਾਂ ਅੱਜ ਕੱਲ੍ਹ ਦੇ ਬੱਚੇ ਦੇਖੇ ਨੇ ਆਉਣਗੇ, ਪਤਾ ਨਹੀਂ ਕਿਉਂ ਨਵੇਂ ਤਰੀਕੇ ਅਸੀਂ ਲੈ ਲਏ। ਗੁਰੂ ਦੇ ਸ਼ਬਦ ਨਾਲ ਜੁੜਨਾ ਜਿਹੜਾ, ਇਹ ਧਿਆਨ ਰਵੇ। ਦੁਕਾਨ ਤੇ ਬੈਠਿਆਂ ਵੀ, ਆਫਿਸ ਵਿੱਚ ਬੈਠਿਆਂ ਵੀ, ਬਈ ਗੁਰੂ ਦਾ ਹੁਕਮ, ਫਿਰ ਕਿਵੇਂ ਨਾ ਕੱਚ ਤੋਂ ਕੰਚਨ ਹੋ ਜਾਏ, ਕਿਵੇਂ ਨਾ ਫਿਰ ਚੰਦਨ ਬਣ ਜਾਣ। ਤੋ ਫਿਰ ਪਟ ਸਾਹਿਬ ਕਹਿੰਦੇ ਨੇ, ਜਾ ਕੇ ਦੇਖਤ ਦੁਆਰੇ, ਕਾਮ ਕ੍ਰੋਧ ਹੀ ਨਿਵਾਰੇ, ਜੀ ਹਉ ਬਲ ਬਲ ਜਾਉ, ਸਤ ਸਤਗੁਰ ਸਚੇ ਨਾਮ ਪਰ। ਜਿਸ ਗੁਰੂ ਰਾਮਦਾਸ ਜੀ ਦੇ ਦਰ ਦਾ ਦਰਸ਼ਨ ਕੀਤੇ, ਕਾਮ ਕ੍ਰੋਧ ਹੀ ਨਿਵਾਰੇ, ਇਹੋ ਜਿਹੇ ਫੁਰਨੇ ਹੀ ਨਹੀਂ ਉੱਠਦੇ ਜੀ। ਇਹ ਟੇਕ ਹੈ ਜਿਹਦਾ ਮਤਲਬ ਹੈ ਹਾਂ ਜੀ, ਹਉ ਬਲ ਬਲ ਜਾਉਂ ਸਤਿਗੁਰ ਸਾਚੇ, ਮੈਂ ਸਤਿਗੁਰੂ ਸੱਚੇ ਨਾਮ ਦੇ ਉਪਦੇਸ਼ ਤੋਂ, ਨਾਮ ਤੋਂ ਜੋ ਉਹਨਾਂ ਨੇ ਸਿੱਖਿਆ ਦਿੱਤੀ ਉਹ ਤੋਂ ਮੈਂ ਬਲਿਹਾਲ ਜਾਂਦਾ। ਤੋ ਸਮਾਂ ਤੇ ਗਿਆ ਹੋ, ਜਿਤਨੇ ਡੂੰਘੇ ਜਾਵਾਂਗੇ ਸਮਾਂ ਤੇ ਉਤਨਾ ਹੀ ਜ਼ਿਆਦਾ ਲੱਗੇਗਾ। ਜੇ ਸਿਰਫ ਵੱਖਰੀ ਪੜ੍ਹਾਈ ਕਰਨੀ ਹੋਵੇ ਫਿਰ ਤਾਂ ਆਪਾਂ ਫਟਾਫਟ ਕਰੀ ਜਾਵਾਂਗੇ। ਹਾਂਜੀ ਹਾਂਜੀ, ਕੋਈ ਬਹੁਤਾ ਫਰਕ ਨਹੀਂ, ਜਾ ਕੇ ਕਹਿ ਦਿਓ, ਜਾ ਕੇ ਕਹਿ ਦਿਓ, ਹੈ ਬਿਲਕੁਲ ਠੀਕ ਹੈ ਜੀ। ਭੋਗ ਪਾਈ, ਵਾਹਿਗੁਰੂ ਜੀ ਕਾ ਖਾਲਸਾ। ਚਲੋ ਹੁਣ ਫਤਿਹ ਬੁਲਾ ਦੇ, ਰਿੜਕਿਆ ਗਿਆ ਬਹੁਤ।